ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਸਰਬਜੋਤ ਰਮਤਾ ਅਤੇ ਮੈਂ ਜਲੰਧਰ ਸ਼ਹਿਰ ਦੇ ਰੇਰੂ ਪਿੰਡ ਦਾ ਰਹਿਣ ਵਾਲਾ ਹਾਂ। ਛੇਤੀ ਆ ਜਾਵੇ ਦਿਲਦਾਰ। ਗਾਇਕੀ ਸਾਡੇ 'ਚ ਸਭ ਤੋਂ ਪਹਿਲਾਂ ਸ਼ੁਰੂ ਹੋਈ ਸੀ ਮੇਰੇ ਦਾਦਾ ਜੀ ਤੋਂ, ਜਿਨ੍ਹਾਂ ਦਾ ਨਾਮ ਸੀ ਸਰਦਾਰ ਧਰਮ ਸਿੰਘ ਰਮਤਾ। ਉਹ ਆਪਣੇ ਟਾਈਮ 'ਤੇ ਅਖਾੜੇ ਲਾਉਂਦੇ ਹੁੰਦੇ ਸੀ ਤਾਂ ਉਹਨਾਂ ਤੋਂ ਬਾਅਦ ਮੇਰੇ ਤਾਇਆ ਜੀ ਸਰਦਾਰ ਸੁਰਿੰਦਰ ਸਿੰਘ ਰਮਤਾ ਜੀ ਕੀਰਤਨ ਦਰਬਾਰ ਵਿੱਚ ਗਾਉਂਦੇ ਸੀ। ਆ ਜਾ ਦੂਰੀਆਂ ਬਹੁਤ ਸਤਾਉਂਦੀਆਂ ਨੇ ਮੈਨੂੰ ਯਾਦ ਆ। ਉਹਨਾਂ ਦੀ ਤੀਜੀ ਪੀੜ੍ਹੀ ਮੈਂ ਹਾਂ ਸਰਬਜੋਤ ਰਮਤਾ। ਸੋ ਮੈਂ ਇਸੇ ਤਰ੍ਹਾਂ ਆਪਣੇ ਦਾਦਾ ਜੀ ਦੇ ਨਾਮ ਨੂੰ ਅੱਗੇ ਲੈ ਕੇ ਜਾ ਰਿਹਾ ਹਾਂ। ਸੋ ਗਾਇਕੀ ਮੇਰੇ ਲਈ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ। ਤੇਰੇ ਨਾਲ ਸੁਭਾਅ ਮੇਰੀ। ਸੋ ਮੇਰੇ ਪਰਿਵਾਰ 'ਚ ਮੇਰੇ ਮੰਮੀ, ਮੇਰੇ ਪਾਪਾ ਅਤੇ ਮੇਰੀਆਂ ਦੋ ਭੈਣਾਂ ਹੈ। ਮੇਰੇ ਪਾਪਾ ਕਾਰਪੈਂਟਰ ਦਾ ਕੰਮ ਕਰਦੇ ਨੇ। ਉਹਨਾਂ ਦੀ ਕਮਾਈ ਨਾਲ ਘਰ ਇੰਨਾ ਸੌਖਾ ਨਹੀਂ ਚੱਲਦਾ, ਥੋੜ੍ਹੇ ਹਾਲਾਤ ਬਹੁਤ ਮਾੜੇ ਨੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਨੂਪ ਸਿੰਘ ਹੈ। ਮੈਂ ਸਰਬਜੋਤ ਰਮਤੇ ਦਾ ਡੈਡੀ ਹਾਂ। ਸਰਬਜੋਤ ਬਚਪਨ ਤੋਂ ਹੀ ਗਾਉਂਦਾ ਸੀ, ਸ਼ੌਂਕ ਸੀ ਗਾਉਣ ਦਾ ਅਤੇ ਹੌਲੀ ਹੌਲੀ ਕਰਦਾ ਵੱਧਦਾ ਗਿਆ। ਮੈਂ ਖੁਦ ਇਹਨੂੰ ਮੇਲਿਆਂ 'ਤੇ ਲੈ ਕੇ ਜਾਂਦਾ ਰਿਹਾ, ਮੇਲੇ ਤੋਂ ਵੀ ਗਾਹ ਦੁਗਾਹ ਕੰਮ ਮਿਲਦੇ ਰਹੇ, ਪ੍ਰੋਗਰਾਮ ਕਰਦਾ ਰਿਹਾ। ਮੈਨੂੰ ਇਹ ਨਹੀਂ ਪਤਾ ਕਿ ਇਹਦੇ ਅੱਗੇ ਜਾ ਕੇ ਕੀ ਬਣੂਗਾ, ਕਿਸਮਤ 'ਚ ਕੀ ਲਿਖਿਆ ਗਿਆ, ਕਿੰਨਾ ਵਧੂਗਾ, ਪਰ ਮੈਂ ਇਹ ਕਹਿੰਦਾ ਕਿ ਮੇਰੇ ਮੁੰਡਾ ਜਿਹੜਾ ਹੈ ਨਾ, ਸਹੀ ਰਾਹ ਤੁਰਿਆ ਹੋਇਆ। ਦੁੱਖ ਮੇਰੇ ਦਾ ਕਦ ਕੋਈ, ਮੈਨੂੰ ਜਦੋਂ ਕੋਈ ਕਹਿੰਦਾ ਕਿ ਤੇਰਾ ਮੁੰਡਾ ਯਾਰ ਬਹੁਤ ਵਧੀਆ ਗਾਉਂਦਾ, ਤਾਂ ਮੇਰਾ ਸਿਰ ਫੱਕਣ ਉੱਚਾ ਹੋ ਜਾਂਦਾ। ਪਿਆਰ ਦੀਆਂ ਤੈਨੂੰ ਆਸਾਵਾ। ਸੋ ਮੇਰਾ ਸੁਪਨਾ ਹੈ ਕਿ ਮੈਂ ਇੱਕ ਵਧੀਆ ਅਤੇ ਕਾਮਯਾਬ ਪਲੇਬੈਕ ਸਿੰਗਰ ਬਣਾਂ, ਅਤੇ ਉਹਦੇ ਲਈ ਭਾਵੇਂ ਮੈਨੂੰ ਵੱਧ ਤੋਂ ਵੱਧ ਜਿੰਨੀ ਮਰਜ਼ੀ ਮਿਹਨਤ ਕਰਨੀ ਪਵੇ, ਜਿੰਨਾ ਮਰਜ਼ੀ ਰਿਆਜ਼ ਕਰਨਾ ਪਵੇ, ਮਾਲਕ ਮੈਨੂੰ ਇੰਨਾ ਕੁ ਕਾਮਯਾਬ ਕਰੇ ਕਿ ਮੈਂ ਉਹਨਾਂ ਨੂੰ ਵਧੀਆ ਅਤੇ ਇੱਕ ਖੂਬਸੂਰਤ ਜ਼ਿੰਦਗੀ ਦਿਖਾਵਾਂ। ਵੇ ਮੈਂ ਉਸ ਤੋਂ ਭਲੇ ਹਰ ਜਾਵਾਂ, ਹੋ ਜਿਹੜਾ ਇਸ ਕਲਬੂਤ ਬਣਾਇਆ ਹੋਏ। ਉਹ ਪੰਜ ਤੱਤ ਇਕੱਠੇ ਕਰਕੇ ਜਿਸਨੇ ਇਹ ਰੂਹ ਵਿੱਚ ਆਪ ਟਿਕਾਇਆ, ਹੋ ਕਿਸੇ ਚੀਜ਼ ਦੀ ਕਸਰ ਨਾ ਛੱਡੀ ਉਹਨੇ, ਹਰ ਰੰਗ ਐਸਾ ਲਾਇਆ, ਵੇ ਕਾਦਰ ਦੀ ਕੁਦਰਤ ਦਾ ਜਮਲਾ ਹੋਏ। ਵੇ ਜੱਟਾ ਭੇਦ ਕਿਸੇ ਨਾ ਪਾਇਆ। ਆ ਰਿਹਾ ਤੁਹਾਨੂੰ ਸੁਣ ਕੇ ਇਦਾਂ ਦਿਲ ਕਰ ਰਿਹਾ ਵੀ ਬਸ ਖਤਮ ਨਾ ਹੋਵੇ। ਵਾਹ 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 ਵਾਹ, ਜਿਉਂਦਾ ਰਹਿ ਪੁੱਤਰਾ, ਸ਼ਾਬਾਸ਼। ਮਤਲਬ ਇੱਕ ਸੈਕਿੰਡ ਹੀ ਮੈਂ ਭੁੱਲ ਗਈ ਸੀ ਕਿ ਆਡੀਸ਼ਨ ਚੱਲ ਰਹੇ ਨੇ, ਮੈਨੂੰ ਐ ਲੱਗਿਆ ਕਿ ਆਪਾਂ ਕਨਸਰਟ ਤੇ ਆਏ ਆ। ਬਸ ਆਪਣੇ ਆਪ ਨੂੰ ਇਦਾਂ ਰਮ ਕੇ ਗਏ, ਔਰ ਜੇ ਮੈਂ ਗਲਤ ਨਹੀਂ ਆ ਤਾਂ ਮੈਂ ਗਾਰੰਟੀ ਦੇ ਸਕਦਾ ਤੂੰ ਫਾਈਨਲ 10 ਦੇ ਵਿੱਚ ਤਾਂ ਪੱਕਾ ਪੱਕਾ ਫਾਈਨਲ 5 ਚ ਦਿਖ ਰਹੇ ਹੋ ਤੁਸੀਂ, ਔਰ ਮੈਨੂੰ ਬਹੁਤ ਅੱਛਾ ਲੱਗਾ ਜੇ ਇਹ ਤੇਰੇ ਦਿਮਾਗ ਤੇ ਇਹ ਗੱਲਾਂ ਸਾਡੀਆਂ ਨਾ ਚੜਨ, ਠੀਕ ਰਹਿਣ। ਗੋਡ ਬਲੈਸ ਯੂ। ਆਜੋ ਆਜੋ।